ਜਲੰਧਰ ਦਿਹਾਤੀ ਦੇ SSP ਹਰਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਰਮਿੰਦਰ ਸਿੰਘ ਭੰਡਾਲ ਪੁਲਿਸ ਕਪਤਾਨ ਡਿਟੈਕਟਿਵ ਤੇ ਜਸਵਿੰਦਰ ਸਿੰਘ DSP ਦੀ ਅਗਵਾਈ ਹੇਠ ਨਕੋਦਰ ਪੁਲਿਸ ਵੱਲੋਂ ਮੁਜਰਮਾਂ ਤੇ ਨਸ਼ੇ ਦੇ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ SHO ਨਕੋਦਰ ਵਿਜੇ ਕੰਵਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਪੁਲਿਸ ਵੱਲੋਂ ਲੁੱਟਾਂ ਖੋਹਾਂ ਵਿਚ ਲੀਂਦੇ ਦੋ ਵਿਅਕਤੀਆਂ ਨੂੰ ਹੋਰ ਵਾਰਦਾਤਾਂ ਦੀ ਤਾਕ ਵਿਚ ਬੈਠੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਇਕ 12 ਬੋਰ ਦੀ ਰਾਈਫਲ, ਇਕ ਪਲਸਰ ਮੋਟਰਸਾਈਕਲ ਤੇ 230 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਲਿਆ, ਜਿਨ੍ਹਾਂ ਦੀ ਪਛਾਣ ਸ਼ਸ਼ਾਂਕ ਪੁੱਤਰ ਰਾਜਪਾਲ ਵਾਸੀ ਮਥੁਰਾ ਤੇ ਰਾਜਗੀਰ ਪੁੱਤਰ ਗਣੇਸ਼ ਗੁਪਤਾ ਵਾਸੀ ਬਿਹਾਰ ਨੂੰ ਗ੍ਰਿਫ਼ਤਾਰ ਕੀਤਾ ਹੈ। SP ਪਰਮਿੰਦਰ ਭੰਡਾਲ ਨੇ ਪ੍ਰੈਸ ਕਾਨਫਰੰਸ ਵਿਚ ਮੁਜਰਮਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਕੀ ਦੱਸਿਆ। ਪੇਸ਼ ਹੈ ਨਕੋਦਰ ਤੋਂ ਪਨੀਤ ਅਰੋੜਾ ਦੀ ਦਿਵਿਆ ਪੰਜਾਬ TV ਲਈ ਵਿਸ਼ੇਸ਼ ਰਿਪੋਰਟ। ਕੱਲ 18 ਤਰੀਕ ਨੂੰ ਮੋਰਨਿੰਗ ਟਾਈਮ ਤੜਕੇ ਕੋਈ 3:50 ਦੇ ਲਾਗੇ ਪਿੰਡ ਚੱਕਲਾਂ ਦੇ ਵਿੱਚ ਜਿਹੜਾ ਪਰਮਜੀਤ ਸਿੰਘ ਕੋਈ ਕਰੀਬ 68 ਸਾਲ ਦੀ ਏਜ ਦਾ ਬੰਦਾ ਜਿਹੜਾ ਖੇਤੀਬਾੜੀ ਕਰਦਾ, ਉਹਦੇ ਘਰੇ ਜਿਹੜੇ ਆ ਦੋ ਬੰਦੇ ਗਏ ਔਰ ਇਹਨਾਂ ਨੇ ਘਰ ਦਾ ਦਰਵਾਜ਼ਾ ਜਿਹੜਾ ਆ ਖੋਲ੍ਹ ਕੇ ਅੰਦਰਲੇ ਬੰਦਿਆਂ ਦੀ ਜ਼ੋਰ ਨਾਲ ਦੀ ਕੁੰਡੀ ਤੋੜ ਕੇ ਅੰਦਰ ਗਏ ਔਰ ਇਹਦੇ ਵਿੱਚ ਇੱਕ ਬੰਦਾ ਜਿਹੜਾ ਸ਼ਸ਼ਾਂਕ ਫਲੌਰ ਦਾ ਰਹਿਣ ਵਾਲਾ ਕ੍ਰਿਮੀਨਲ ਟਾਈਪ ਆਦਮੀ ਆ, ਉੱਥੇ ਪਹਿਲਾਂ ਵੀ ਪਰਚੇ 307 ਔਰ ਚੋਰੀ ਦੇ ਦਰਜ ਆ। ਔਰ ਸੈਕਿੰਡ ਜਿਹੜਾ ਇਹਦੇ ਨਾਲ ਦਾ ਬੰਦਾ ਸੀ ਉਹ ਇਸੇ ਪਿੰਡ ਚੱਕਲਾਂ ਦੇ ਵਿੱਚ ਜਿਹੜਾ ਆ ਉਹ ਰਾਜਗੀਰ ਨਾਂ ਦਾ ਲੜਕਾ ਜਿਹੜਾ ਆ ਕੋਈ ਕਰੀਬ ਉਮਰ 21-22 ਸਾਲ ਉਹ ਕੰਮ ਕਰਦਾ ਉੱਥੇ। ਅਤੇ ਇਹਨਾਂ ਨੇ ਜਿਹੜਾ ਸਾਰਾ ਆਪਣਾ ਪੂਰਾ ਪਲੈਨ ਬਣਾਇਆ, ਪਲੈਨ ਦੇ ਵਿੱਚ ਇਹਨਾਂ ਨੇ ਇਹ ਦੇਖਿਆ ਵੀ ਇਹ ਜਿਹੜਾ ਬੰਦਾ ਪਰਮਜੀਤ ਆ ਇਹਦੇ ਘਰੇ ਕੋਈ ਜ਼ਿਆਦਾ ਹੋਰ ਲੋਕ ਨਹੀਂ ਰਹਿੰਦੇ ਜੀ, ਵਾਈਫ ਔਰ ਇਹ ਦੋਨੇ ਹੁੰਦੇ ਆ। ਔਰ ਇਹਨਾਂ ਨੇ ਇਹਦੇ ਘਰੇ ਜਾ ਕੇ ਸਵੇਰ ਨੂੰ ਪਹਿਲਾਂ ਸਭ ਤੋਂ ਪਹਿਲਾਂ ਨਾਲ ਦੇ ਕਮਰੇ ਜਿੱਥੇ ਪਰਮਜੀਤ ਸੁੱਤਾ ਸੀ ਉਹਦੇ ਨਾਲ ਦੇ ਕਮਰੇ ਦੇ ਵਿੱਚ ਗਏ, ਉੱਥੇ ਜਾ ਕੇ ਅਲਮਾਰੀ 'ਚੋਂ ਰਾਈਫਲ ਕੱਢ ਲਈ। ਇਹਦੇ ਬਾਰੇ ਰਾਜਗੀਰ ਨੂੰ ਜ਼ਿਆਦਾ ਪਤਾ ਸੀ ਕਿ ਉਸ ਪਿੰਡ ਦੇ ਵਿੱਚ ਕੰਮ ਕਰਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਪੈਸੇ ਹੋਰ ਫੁੱਲ ਅਪਲਾਈ ਕੀਤੀ ਪਰ ਪੈਸੇ ਨਾ ਮਿਲਣ ਕਰਕੇ ਇਹਨਾਂ ਨੇ ਜਿਹੜਾ ਜਿੱਥੇ ਪਰਮਜੀਤ ਸੁੱਤਾ ਹੈ ਉਹ ਸ਼ੀਸ਼ੇ ਦਾ ਵਿੱਚ ਦਰਵਾਜ਼ਾ ਸੀਗਾ ਕੌਮ ਨੂੰ, ਉਹਨੂੰ ਇਸ ਰਾਈਫਲ ਦਾ ਵੱਟ ਮਾਰਿਆ ਔਰ ਉੱਥੇ ਪੂਰਾ ਤੋੜ ਕੇ ਉਹ ਤੋਂ ਪੈਸੇ ਦੀ ਮੰਗ ਕੀਤੀ। ਔਰ ਉੱਥੇ ਇਹਨਾਂ ਦੀ ਆਪਸ ਵਿੱਚ ਜਦੋਂ ਖੇਜਣਬਾਜ਼ੀ ਹੋਈ, ਫਾਇਰ ਵੀ ਹੋਏ, ਇਹਨਾਂ ਨੇ ਵੀ ਕੀਤਾ, ਉਹਨਾਂ ਨੇ ਕੀਤਾ, ਲੇਕਿਨ ਜਦੋਂ ਉਹਨੇ ਫਾਇਰ ਕੀਤਾ ਉਸ ਤੋਂ ਬਾਅਦ ਬੰਦੇ ਭੱਜ ਗਏ। ਔਰ ਇਹ ਜਦੋਂ ਭੱਜਣ ਤੋਂ ਬਾਅਦ ਅਸੀਂ ਮੌਕੇ ਦੇ ਉੱਤੇ ਗਏ ਹਾਂ, ਜਾ ਕੇ ਅਸੀਂ ਸਾਰੀ ਸਟੇਟਮੈਂਟ ਰਿਕਾਰਡ ਕਰਕੇ ਪਤਾ ਦਿੱਤਾ ਅਤੇ ਅੱਜ ਖਾਸ ਮੁਖਬਰ ਨੇ ਜਿਹੜਾ ਸਲਾਹ ਦਿੱਤੀ। ਕੱਲ੍ਹ ਦੀਆਂ ਸਾਡੀਆਂ ਟੀਮਾਂ ਲੱਗੀਆਂ ਜਿਹਦੇ ਵਿੱਚ SHO ਸਦਰ ਨਕੋਦਰ ਸਿਟੀ ਔਰ ਨੂਰਮਹਿਲ SHO ਸਾਰੀਆਂ ਟੀਮਾਂ ਬਣਾ ਕੇ ਕੰਮ ਕਰਦੇ। ਔਰ ਅੱਜ ਇਹਨਾਂ ਨੂੰ ਖਾਸ ਮੁਖਬਰ ਨੇ ਦੱਸਿਆ ਵੀ ਇਸ ਟਾਈਮ ਲਿਤਨਾ ਰੋਡ 'ਤੇ ਸ਼ੰਕਰ ਨੂੰ ਜਾਂਦਾ ਰੋਡ, ਉੱਥੇ ਬੰਦੇ ਮੋਟਰਸਾਈਕਲ 'ਤੇ ਘੁੰਮ ਰਹੇ ਆ ਬਗੈਰ ਨੰਬਰ ਤੋਂ ਮੋਟਰਸਾਈਕਲ, ਨਾਕੇ ਲਗਾ ਕੇ ਇਹਨਾਂ ਨੂੰ ਫੜਿਆ। ਇਹਨਾਂ ਕੋਲ ਮੋਟਰਸਾਈਕਲ ਮਿਲਿਆ, ਨਸ਼ੀਲਾ ਪਾਊਡਰ ਮਿਲਿਆ ਔਰ ਜਿਹੜੀ ਰਾਈਫਲ ਖੋਈ ਸੀ ਉਹ ਮਿਲ ਗਈ। ਹੁਣ ਇਹਨਾਂ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਫਿਰ ਉਸ ਤੋਂ ਬਾਅਦ ਮਾਣ ਲੈ ਕੇ ਹੋਰ ਇਹਨਾਂ ਨੇ ਕੀ ਵਾਰਦਾਤਾਂ ਕੀਤੀਆਂ ਉਹ ਸਾਰਾ ਜਿਹਨਾਂ ਟ੍ਰੇਸ ਕਰਾਂਗੇ।